ਮਾਣਯੋਗ ਡੀਸੀ ਸਾਹਿਬ ਗੁਰਦਾਸਪੁਰ ਡਾਕਟਰ ਹਿਮਾਸ਼ੂ ਅਗਰਵਾਲ ਅਤੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਪੁਲਿਸ ਥਾਣਾ ਕੋਟਲੀ ਸੂਰ ਸਿੰਘ ਮੱਲੀ ਅਧੀਨ ਪੈਂਦੇ ਇਤਿਹਾਸਕ ਕਸਬਾ ਧਿਆਨਪੁਰ ਦੇ ਦੁਕਾਨਦਾਰ ਪਾਸੋਂ 5 ਤੋੜੇ ਚਾਈਨਾ ਡੋਰ ਬਰਾਮਦ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ SHO ਮਨਜੀਤ ਸਿੰਘ ਨੇ ਦੱਸਿਆ ਕਿ ਇਹ ਡੋਰ ਮਨੁੱਖੀ ਜਾਨਾਂ ਅਤੇ ਪਸ਼ੂਆਂ ਪੰਛੀਆਂ ਲਈ ਘਾਤਕ ਸਾਬਤ ਹੋ ਰਹੀ ਹੈ। ਚਾਈਨਾ ਡੋਰ 'ਤੇ ਸਿਕੰਜਾ ਕਸਣ ਲਈ ਮੁਕਬਰ ਖਾਸ ਨੇ ਇਤਲਾਹ ਅਤੇ ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਦੌਰਾਨ ਧਿਆਨਪੁਰ ਦੇ ਦੁਕਾਨਦਾਰ ਨਰਿੰਦਰ ਕੁਮਾਰ ਪਾਸੋਂ 5 ਗੱਟੇ ਚਾਈਨਾ ਡੋਰ ਬਰਾਮਦ ਹੋਏ ਹਨ। ਉਹਨਾਂ ਦੱਸਿਆ ਕਿ ਦੁਕਾਨਦਾਰ ਦੇ ਦੱਸਣ ਮੁਤਾਬਕ ਇੱਕ ਤੋੜੇ ਵਿੱਚ ਤਕਰੀਬਨ 60 ਚਾਈਨਾ ਗੱਟੂ ਹਨ। ਇਸ ਸੰਬੰਧੀ ਥਾਣਾ ਕੋਟਲੀ ਸੂਰਤ ਮੱਲੀ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 102 ਅੰਡਰ ਸੈਕਸ਼ਨ ਧਾਰਾ 188 IPC ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਗੁਰਦਾਸਪੁਰ ਤੋਂ ਅੱਜ ਦੀ ਆਵਾਜ਼ ਲਈ ਇੰਦਰ ਮੋਹਨ ਸਿੰਘ ਸੋਢੀ ਦੀ ਰਿਪੋਰਟ। ਹਾਂਜੀ ਸਰ, ਅੱਜ ਤੁਹਾਡੇ ਵੱਲੋਂ ਇਹ ਵੇਖੋ ਜੀ, ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ SSP ਸਾਹਿਬ ਬਟਾਲਾ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜਿਹੜਾ ਇਹ ਚੱਲ ਰਿਹਾ ਸੀ ਜਿਹੜਾ ਸਾਰਾ ਕੁਛ, ਜਿਨ੍ਹਾਂ ਨੇ ਚਾਈਨਾ ਡੋਰ ਦੀ ਉਹਨਾਂ ਨੇ ਕਿਹਾ ਸੀ ਵੀ ਜਿੱਥੇ ਵੀ ਚੱਲ ਰਹੀ ਵਿਕਰੇਤਾ ਉਹਨਾਂ 'ਤੇ ਰੇਡ ਕਰੋ, ਅਤੇ ਜੋ ਮਨੁੱਖੀ ਜਾਨਾਂ ਜਾ ਰਹੀਆਂ ਨੇ, ਪਸ਼ੂ ਪਕਸ਼ੀ ਜਿਹੜੇ ਵਿਚਾਰੇ ਉਹਨਾਂ ਦੀਆਂ ਵੀ ਜਾਨਾਂ ਜਾ ਰਹੀਆਂ ਨੇ, ਉਹਨਾਂ ਨੂੰ ਬਚਾਉਣ ਦੀ ਖਾਤਰ ਇਹ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਵੀ ਇਹ ਧਿਆਨਪੁਰ 'ਤੇ ਜਿਹੜੇ ਹੈਗੇ ਨੇ ਸ਼੍ਰੀ ਨਰਿੰਦਰ ਕੁਮਾਰ ਜੀ, ਨੰਦੂ ਪੁੱਤਰ ਸ਼੍ਰੀ ਸੁਰਿੰਦਰ ਕੁਮਾਰ ਜੀ, ਇਹਨਾਂ ਦੀ ਰੈਡੀਮੇਡ ਦੀ ਦੁਕਾਨ ਆ, ਨਾਲੇ ਆਤਿਸ਼ਬਾਜ਼ੀ ਦੀ ਦੁਕਾਨ ਇਹਨਾਂ ਦੀ, ਅਤੇ ਅਸੀਂ ਰੇਡ ਕੀਤਾ ਉੱਥੇ ਇਹਨਾਂ ਦੇ ਗੋਦਾਮ 'ਤੇ, ਅਤੇ ਸਾਨੂੰ 5 ਤੋੜੇ ਜਿਹੜੇ ਆ ਉਹ ਗੱਟੂਆਂ ਦੇ ਮਿਲੇ ਨੇ, ਅਤੇ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਹੈਗਾ ਸੀ ਉਹ 1 ਤੋੜੇ ਦੇ ਵਿੱਚ 60 ਗੱਟੂ ਸੀ। ਠੀਕ ਹੈ ਜੀ, ਇੱਕ ਜਿਹੜਾ ਤੋੜਾ ਉਹ ਲੂਜ਼ ਆ, ਅਤੇ ਪ੍ਰੋਪਰ ਗਿਣਤੀ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਆ, ਉਸ ਤੋਂ ਬਾਅਦ ਅਸੀਂ ਤੁਹਾਨੂੰ ਜਿਹੜਾ ਦੱਸ ਦਿੱਤਾ ਜਾਵੇਗਾ। ਅਤੇ ਇਲਾਕੇ ਦੇ ਵਿੱਚ ਮੈਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦਾ ਇਹੋ ਜਿਹੇ ਦੁਕਾਨਦਾਰਾਂ ਨੂੰ ਵੀ ਸਖ਼ਤੀ ਦੇ ਨਾਲ ਕਾਰਵਾਈ ਕੀਤੀ ਜਾਵੇਗੀ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ, ਤਾਂ ਜੋ ਮਨੁੱਖੀ ਜਾਨਾਂ ਅਤੇ ਪੰਛੀਆਂ ਦੀਆਂ ਜਾਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਮੈਂ ਇਹਦੇ ਖਿਲਾਫ਼ ਜਿਹੜਾ ਹੈਗਾ 100 ਮੁਕੱਦਮਾ ਨੰਬਰ 102 ਅੰਡਰ ਸੈਕਸ਼ਨ 188 IPC, ਠੀਕ ਹੈ ਜੀ, ਉਹਦੇ ਅਧੀਨ ਜਿਹੜਾ ਮੁਕੱਦਮਾ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। 5 ਤੋੜੇ ਨੇ ਜੀ, ਇੱਕ ਦੇ ਵਿੱਚ ਜਿਹੜੇ 60 ਨੇ, ਅਪਰੋਕਸੀਮੇਟਲੀ ਨੀਅਰ ਅਬਾਊਟ ਜਿਹੜਾ 250-300 ਦੇ ਕਰੀਬ ਹੋਏਗਾ ਜੀ। ਇੱਕ ਦੇ ਵਿੱਚ 60 ਨੇ, ਇੱਕ ਲੂਜ਼ ਹੈ ਉਹਦੀ ਗਿਣਤੀ ਕਰਨ ਵਾਲੀ, ਗਿਣ ਕੇ ਤੁਹਾਨੂੰ ਉਹ ਵੀ ਸਾਰੇ ਜਿਹੜੀ ਫਰਜ਼ ਮੀਮੋ ਬਣ ਜਾਏਗੀ ਤੁਹਾਨੂੰ ਦੱਸ ਦਿੱਤਾ ਜਾਏਗਾ। ਸਰ, ਕੀ ਸਰਕਾਰ ਵੱਲੋਂ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਗਿਆ ਜੋ ਚੈਨਲ ਦੀ ਜਿਹੜੀ ਇਸ ਵੇਲੇ ਦੋ ਜਿਹੜੀ ਬੰਦ ਹੋ ਸਕੇ, ਕਿਉਂਕਿ ਕਾਨੂੰਨ ਦੋ ਰਹੇ? ਵੇਖੋ ਜੀ, ਇਹ ਤਾਂ ਸਰਕਾਰ ਦਾ ਮਸਲਾ, ਸਰਕਾਰ ਕਾਨੂੰਨ ਸਖਤੀ ਨਾਲ ਬਣਾ ਵੀ ਰਹੀ ਆ, ਅਤੇ ਅਸੀਂ ਜਿਹੜੀ ਹੈ ਅਸੀਂ ਤਾਂ ਪਾਲਣਾ ਕਰਨੀ ਹੁਕਮ ਦੀ, ਲਾਅ ਐਂਡ ਆਰਡਰ ਦੀ, ਜੋ ਵੀ ਸਰਕਾਰ ਸਮੇਂ-ਸਮੇਂ ਸਿਰ ਦਿਸ਼ਾ ਨਿਰਦੇਸ਼ ਦੇਵੇਗੀ ਉਹਦੇ ਅਨੁਸਾਰ ਅਸੀਂ ਜਿਹੜੀ ਸਖਤੀ ਦੇ ਨਾਲ ਕਾਰਵਾਈ ਕਰਕੇ ਇਹੋ ਜਿਹੜੇ ਲੋਕ ਨੇ ਜਿਹੜੇ ਮਨੁੱਖੀ ਜਾਨਾਂ ਨੂੰ ਖਤਰੇ 'ਚ ਪਾਉਂਦੇ ਨੇ, ਅਤੇ ਜਿਹੜਾ ਖਤਰਾ ਬਣਿਆ ਹੋਇਆ, ਅਤੇ ਇਹਦੇ ਅਸੀਂ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਕਰਾਂਗੇ।